ਖਾਲਸਾ ਵਾਹਿਗੁਰੂ ਜੀ ਫਤਿਹ ਜੀ ਫਤਿਹ। ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਵੇਂ ਕਿ ਆਪ ਸਭ ਸੱਜਣ ਜਾਣਦੇ ਹੋ ਕਿ ਬਾਬੇ ਨਾਨਕ ਦੀ ਕਿਰਪਾ ਸਦਕਾ ਗੁਰੂ ਨਾਨਕ ਬਾਗ ਦਾ ਜਿਹੜਾ ਪੱਤੋ ਹੀਰਾ ਸਿੰਘ ਵਿਖੇ ਸ਼ੁਰੂ ਕੀਤਾ ਗਿਆ ਸੀ, ਅਤੇ ਪਿਛਲੇ 2-3 ਮਹੀਨਿਆਂ ਦੇ ਵਿੱਚ ਕਾਫੀ ਜਿਹੜੀ ਡਿਵੈਲਪਮੈਂਟ ਹੋਈ ਹੈ, ਪਰ ਉਹਨੂੰ ਹੋਰ ਅੱਗੇ ਲਿਜਾਣ ਵਾਸਤੇ ਤਾਂ ਜੋ 2019 ਨੂੰ ਜਿਹੜਾ ਪਹਿਲੀ ਪਾਤਸ਼ਾਹੀ ਦਾ ਜਿਹੜਾ ਵਿਸ਼ੇਸ਼ ਦਿਵਸ ਆ ਰਿਹਾ ਤਾਂ ਉਦੋਂ ਤੱਕ ਅਸੀਂ ਇਹਨੂੰ ਕੰਪਲੀਟ ਕਰ ਸਕੀਏ। ਤਾਂ ਅੱਜ ਇੱਥੇ ਪੱਤੂ ਹੀਰਾ ਸਿੰਘ ਵਿਖੇ ਇਕੱਠੇ ਹੋਣ ਦਾ ਮਤਲਬ ਇਹ ਸੀ ਕਿ ਪਹਿਲਾਂ ਕੀਤੇ ਹੋਏ ਕਾਰਜ, ਪਹਿਲਾਂ ਲਾਈਆਂ ਹੋਈਆਂ ਜਿਹੜੀਆਂ 14 ਸਪੀਸੀਜ਼ ਨੇ ਵੱਖ ਵੱਖ ਰੁੱਖਾਂ ਦੀਆਂ, ਉਹਨਾਂ ਨੂੰ ਦੇਖਿਆ ਜਾਵੇ ਕਿ ਉਹ ਸਹੀ ਠੀਕ ਚੱਲ ਰਹੀਆਂ ਨੇ, ਅਤੇ ਖੁਸ਼ੀ ਦੀ ਗੱਲ ਆ ਕਿ ਉਹ ਸਾਰੇ ਪੌਦੇ ਆਪੋ ਆਪਣੀ ਰਫਤਾਰ ਨਾਲ ਵਧੀਆ ਵੱਧ ਫੁੱਲ ਰਹੇ ਆ। ਅਤੇ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਕਿ ਇਸ ਬਾਗ ਨੂੰ ਕੰਪਲੀਟ ਰੂਪ ਵਿੱਚ ਲੈਣ ਦੇ ਲਈ ਬੜੀਆਂ ਚੀਜ਼ਾਂ ਜਿਹੜੀਆਂ ਹੋਰ ਕਰਨੀਆਂ ਸੀ, ਵਿਉਂਤਬੰਦੀ ਕਰਨੀ ਸੀ ਕਿ ਰਸਤੇ ਜਿਵੇਂ ਕਨੈਕਟੀਵਿਟੀ ਆ, ਵੀ ਸਾਰੇ ਗਾਰਡਨ ਦੇ ਵਿੱਚ ਜਦੋਂ ਲੋਕ ਵਿਜ਼ਿਟਰ ਆਇਆ ਕਰਨਗੇ, ਗਰੁੱਪ 'ਚ ਆਇਆ ਕਰਨਗੇ, ਛੋਟੇ ਤੋਂ ਲੈ ਕੇ ਵੱਡੇ 'ਚ, ਉਹਨਾਂ ਨੇ ਕਿੱਦਾਂ ਸਾਰਾ ਬਗੀਚਾ ਦੇਖਣਾ, ਕਿੱਥੋਂ ਕਿਹੜਾ ਰਸਤਾ ਜਾਣਾ, ਤਾਂ ਜੋ ਜਿਹੜੀਆਂ 40 ਦੀਆਂ 40 ਸਪੀਸੀਜ਼ ਆ ਉਹ ਵੇਖੀਆਂ ਵੀ ਜਾਣ, ਬਗੀਚਾ ਵੀ ਵੇਖਿਆ ਜਾਵੇ, ਨੇਚਰ ਆ ਉਹਦੇ 'ਤੇ ਬਗੀਚਾ 'ਤੇ ਤਿਤਲੀਆਂ ਪੰਛੀ ਹੋਰ ਸਾਰ, ਮਤਲਬ ਨੇਚਰ ਨੂੰ ਨਿਹਾਰਨ ਵਾਸਤੇ ਕੀ ਹੋਰ ਉਪਰਾਲੇ ਕਰਨੇ ਆ, ਉਹਦੀ ਸਾਰੀ ਅੱਜ ਵਿਉਂਤਬੰਦੀ ਕੀਤੀ ਗਈ ਆ। ਸੁਬਾਹ ਤੋਂ ਲੈ ਕੇ ਲੱਗੇ ਹੋਏ ਸੀ, ਹੁਣ ਅਸੀਂ ਸ਼ਾਮ ਹੋ ਗਈ ਆ। ਮੁੱਖ ਰੂਪ 'ਚ ਜਿਹੜੀ ਗੱਲ ਕਰਨ ਵਾਲੀ ਇਹ ਆ ਕਿ ਵੀ ਜਿੰਨੇ ਰਸਤੇ ਆ ਜਾਂ ਜਿੰਨੀਆਂ ਓਪਨ ਸਿਟਿੰਗ ਹੈ ਜਾਂ ਜਿੰਨੀਆਂ ਛੱਪਰੀਆਂ ਬਣਾਉਣੀਆਂ ਨੇ ਜਾਂ ਲੇਕ ਜਿਹੜਾ ਵਾਟਰ ਬੋਡੀ ਆ ਉਹਦੇ ਵੱਲ ਵਿਊ ਬਣਾਉਣੇ ਆ, ਕੋਈ ਗਜ਼ੀਬੋ ਬਣਨੇ ਆ, ਆਪਣਾ ਡੈੱਕ ਬਣਨਾ ਜਿੱਥੋਂ ਤੁਸੀਂ ਵਾਟਰ ਬੋਡੀ ਦਾ ਜਿਹੜਾ ਹੈਗਾ ਵਿਊ ਲੈ ਸਕੀਏ, ਉਹ ਸਾਰੇ ਜਿਹੜੇ ਸਾਰੇ ਦੇ ਸਾਰੇ ਮਿਸਤਰੀ ਜੀ ਨਾਲ ਡਿਸਕਸ ਵੀ ਹੋ ਗਏ ਆ, ਉਹਦੇ ਜਿਹੜਾ ਡਿਜ਼ਾਈਨ ਸਾਰਾ ਫਾਈਨਲ ਹੋ ਗਿਆ। ਅਤੇ ਉਮੀਦ ਕਰਦਾ ਕਿ ਹੁਣ ਅਸੀਂ ਜਿਹੜੀ ਇਹ ਆ ਕਿ ਅਸੀਂ ਨਵੇਂ ਸਾਲ ਜਨਵਰੀ ਤੋਂ ਪਹਿਲਾਂ ਖਾਸ ਕਰਕੇ ਜਿਹੜਾ ਰਸਤਿਆਂ ਦਾ ਕੰਮ ਆ, ਸਿਵਲ ਵਰਕ ਹੈ ਜਾਂ ਜਿਹੜੇ ਪਰਗੋਲਾਜ਼ ਨੇ ਜਾਂ ਗਜ਼ੀਬੋ ਏ, ਇਹ ਸਾਰਾ ਕੰਮ ਮੁਕਾ ਲਾਉਂਦੀਏ। ਜਿਹੜੀ ਮੇਨ ਪੈਸੇਜ ਬਣਿਆ ਗੁਰੂ ਨਾਨਕ ਬਾਗ ਦੀ ਐਂਟਰੀ ਆ, ਇਹ ਐਗਜ਼ਿਸਟਿੰਗ ਟ੍ਰੀਜ਼ ਨੇ, ਇਹਦੇ ਵਿੱਚ ਅਸੀਂ ਵਾਕਵੇਜ਼ ਦੀ ਜਿਵੇਂ ਡਾਕਟਰ ਬਲਵਿੰਦਰ ਸਿੰਘ ਜੀ ਦੱਸਦੇ ਸੀ ਸਾਰੀ ਰਾਊਟਿੰਗ ਕੀਤੀ ਆ, ਕਿਵੇਂ ਅਸੀਂ ਖਜੂਰਾਂ ਦੇ ਥਰੂ ਹੁੰਦੇ ਇੱਧਰੋਂ ਸਿਮਲ ਦੇ ਰੁੱਖ ਜਿਹੜੇ ਆ ਨਾਲ ਜਿਹੜੇ ਆਪਣੇ ਢੱਕਦੇ ਆ ਮਹਿੰਦੀ ਦੀ ਪ੍ਰਜਾਤੀ ਆ, ਅਤੇ ਇੱਧਰੋਂ ਜਿਹੜਾ ਆਈਲੈਂਡ ਬਣਿਆ ਉਹਦੇ ਆਲੇ ਦੁਆਲੇ ਜਿਹੜੇ ਫੀਚਰਸ ਬਣਨੇ ਕਿ ਲੋਕ ਜਿਹੜੇ ਇਕੁਏਟਿਕ ਪਲਾਂਟਸ ਨੇ ਉਹਨਾਂ ਨੂੰ ਵੀ ਦੇਖ ਸਕਣ, ਇਕੁਏਟਿਕ ਐਨੀਮਲਸ ਜਿਹੜੇ ਇੱਥੇ ਰਹਿਣਗੇ। ਸੋ ਇੱਧਰੋਂ ਦੀ ਘੁੰਮ ਕੇ ਜਿਹੜਾ ਬਾਗ ਦੇ ਵਿੱਚ ਬੇਰੀਆਂ ਦੇ ਦਰਖਤ ਨੇ, ਬੈਨੀਅਨ ਟ੍ਰੀਜ਼ ਨੇ ਜਾਂ ਬੋਰਡ ਆ, ਹੋਰ ਇੱਥੇ ਜਿਹੜੇ ਲੱਗੇ ਨੇ ਅੰਬ ਦੇ, ਨਿੰਮ ਦੇ, ਅਤੇ ਜਿਹੜੀਆਂ ਹੋਰ ਵਾਟਰ ਬੋਡੀਜ਼ ਤੋਂ ਪੈਸੇਜਸ ਨੇ ਜਾਂ ਡਾਕਟਰ ਸਾਹਿਬ ਨੇ ਜਿਹੜੇ ਦੱਸੇ, ਇੱਥੇ ਛਾਪਰੀਆਂ ਬਣਨੀਆਂ, ਬੈਠਕਾਂ ਬਣਨੀਆਂ ਸੰਗਤ ਦੇ ਬੈਠਣ ਵਾਸਤੇ, ਅਤੇ ਹੋਰ ਆਪਣੇ ਬੱਚਿਆਂ ਦੇ ਆਕਰਸ਼ਣ ਵਾਸਤੇ ਵੀ ਜੇ ਕਈ ਇੱਦਾਂ ਦੀਆਂ ਬਟਰਫਲਾਈਜ਼ ਅਟਰੈਕਟ ਕਰਨ ਵਾਸਤੇ ਜੋ ਵੀ ਇੱਥੇ ਸਾਰੇ ਫੀਚਰਸ ਨੇ ਉਹਨਾਂ ਦੀ ਪਲੈਨਿੰਗ ਅੱਜ ਕੀਤੀ ਗਈ ਆ। ਐਂਡ ਦ ਬੈਸਟ ਥਿੰਗ ਕਿ ਇਨਫੋ ਸੈਂਟਰ ਦੀ ਪੋਜੀਸ਼ਨ ਜਿਹੜੀ ਉਹ ਫਾਈਨਲ ਹੋਈ ਆ, ਕਿੱਥੇ ਕਿਸ ਤਰ੍ਹਾਂ ਦੀ ਜੇ ਟਾਇਲ ਵਰਕ ਹੋਣੀ ਆ, ਨੈਚੁਰਲ ਜਿਹੜੇ ਪਾਥਵੇਜ਼ ਬਣਨੇ ਆ, ਦੈਟ ਹੈਜ਼ ਬਿਨ ਡਿਸਾਈਡਿਡ। ਡਾਇਮੈਂਸ਼ਨਸ ਬਹੁਤ ਅੱਛੀ ਤਰ੍ਹਾਂ ਡਾਕਟਰ ਸਾਹਿਬ ਨੇ ਡਿਸਾਈਡ ਕਰਕੇ ਦੱਸੀਆਂ, ਐਂਡ ਸਪੈਸ਼ਲੀ ਜਿੰਨਾ ਰਿਪੇਅਰ ਦਾ ਕੰਮ ਹੈ ਸਾਰਾ ਹੋਣਾ। ਅਤੇ ਫਿਰ ਸੰਗਤ ਨੂੰ ਇਹੀ ਬੇਨਤੀ ਹੈ ਕਿ ਗੁਰੂ ਨਾਨਕ ਬਾਗ ਦੀ ਜਿਹੜੀ ਆ ਕਾਮਯਾਬੀ ਉਹ ਤੁਹਾਡੇ ਮੋਢਿਆਂ 'ਤੇ ਹੀ ਆ। ਵੀ ਆਰ ਹੇਅਰ ਟੂ ਵਰਕ ਐਂਡ ਯੂ ਨੋ ਐਗਜੀਕਿਊਟ ਦ ਸਟੱਫ, ਅਤੇ ਸਾਨੂੰ ਤੁਹਾਡੇ ਜਿਹੜੇ ਸਹਿਯੋਗ ਦੀ ਲੋੜ ਆ। ਸੋ ਜਿਹੜਾ ਗੁਰੂ ਨਾਨਕ ਬਾਗ ਦੇ ਵਿੱਚ ਸਹਿਯੋਗ ਪਾਉਣ ਲਈ ਤੁਸੀਂ ਹੇਠ ਲਿਖੇ ਬਟਨ 'ਤੇ ਜਾਂ ਈਕੋ ਸਿੱਖ ਜਾਂ ਪੈਟਲ ਸੰਸਥਾ ਨੂੰ ਕਿਵੇਂ ਵੀ ਡੋਨੇਟ ਕਰ ਸਕਦੇ ਹੋ, ਪਰਸਨਲੀ ਵੀ ਮਾਇਆ ਭੇਜ ਸਕਦੇ ਹੋ ਜਾਂ ਸਾਡੇ ਇੰਟਰਨੈਸ਼ਨਲ ਅਕਾਊਂਟਸ ਨੇ ਜਾਂ ਇੰਡੀਆ ਦੇ ਅਕਾਊਂਟਸ। ਸੋ ਜੇ ਕਿਸੇ ਨੇ ਈਕੋ ਸਿੱਖ ਦੇ ਅਕਾਊਂਟ ਵਿੱਚ ਪੈਟਲ ਸੰਸਥਾ ਲਈ ਡੋਨੇਟ ਕਰਨਾ ਤਾਂ ਉਹ ਨੀਚੇ ਪੈਟਲਸ ਰੈਫਰੈਂਸ ਦੇ ਸਕਦਾ ਜਾਂ ਸਾਨੂੰ ਕਾਲ ਕਰ ਸਕਦੇ ਆ, ਅਤੇ ਗੁਰੂ ਨਾਨਕ ਬਾਗ ਲਈ ਕਰਨਾ ਤਾਂ ਗੁਰੂ ਨਾਨਕ ਬਾਗ ਲਿਖ ਸਕਦੇ। ਈਦਰ ਵੇ ਜਿੱਦਾਂ ਤੁਹਾਨੂੰ ਚੰਗਾ ਲੱਗੇ ਡੋਨੇਟ ਕਰੋ, ਆਪਣੀ ਜਿਹੜੀ ਕਿਰਤ ਕਮਾਈ ਨੂੰ ਸਫਲਾ ਕਰੀਏ, ਅਤੇ ਜਿਹੜਾ ਕੁਦਰਤ ਦਾ ਅਤੇ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਟ੍ਰਿਬਿਊਟ ਜਿਹੜਾ ਕਰਨਾ ਹੈ ਬਾਗ, ਉਹਦੀ ਤਿਆਰੀ ਦੁਨੀਆ ਵਾਸਤੇ ਆਪਾਂ ਕਰੀਏ। ਸੋ ਗੁਰੂ ਨਾਨਕ ਬਾਗ ਵਿੱਚ ਅੱਜ ਕੇਲਿਆਂ ਦੀ ਜਿਹੜੀ ਇੱਕ ਪ੍ਰਜਾਤੀ ਆ ਗੁਰਬਾਣੀ ਵਿੱਚ ਅੰਕਿਤ ਆ, ਉਹਨਾਂ ਦੀ ਪਲਾਂਟੇਸ਼ਨ ਵੀ ਕੀਤੀ ਜਾਣੀ ਆ, ਅਤੇ ਕੇਲੇ ਫਰੈਸ਼ਲੀ ਸਾਨੂੰ ਕਿਸੇ ਸਿੱਖ ਪਰਿਵਾਰ ਨੇ ਆਪਣੇ ਬਾਗ ਵਿੱਚੋਂ ਦਿੱਤੇ ਆ ਐਜ਼ ਅ ਡੋਨੇਸ਼ਨ ਫੋਰ ਗੁਰੂ ਨਾਨਕ ਬਾਗ। ਉਹਨਾਂ ਦਾ ਵੀ ਧੰਨਵਾਦ ਪਰਿਵਾਰ ਦਾ, ਅਤੇ ਆਓ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਆਧਾਰ 'ਤੇ ਇਸ ਗੁਰੂ ਨਾਨਕ ਬਾਗ ਨੂੰ ਆਪਾਂ ਚੰਗੀ ਤਰ੍ਹਾਂ ਆਉਣ ਵਾਲੇ ਸਮੇਂ ਲਈ ਤਿਆਰ ਕਰੀਏ, ਤਾਂ ਕਿ ਸੰਗਤ ਇੱਥੇ ਕੁਦਰਤ ਅਤੇ ਬਾਣੀ ਦਾ ਜਿਹੜਾ ਇੱਕ ਨਜ਼ਾਰਾ ਇੱਥੇ ਲੈ ਸਕੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।